ਬਾਬਾ ਬੁੱਧਨ ਦਾਸ ਇਹਨਾਂ ਦੀ ਮੰਜੀ ਠੋਕਦੇ ਕੰਮ ਕਰਦੇ ਸਾਰੇ ਥੱਪ ਇਹਨਾਂ ਦੇ ਇੱਥੇ ਰਹਿ ਜਾਣੇ ਇੰਨੇ ਜੋਗੇ। ਕਰ ਗਿਆ ਯਾਰ ਕਮਾਲ ਦੀ ਗੱਲ ਹੈ ਲੋਕਾਂ ਦੀ ਯਾਰ, ਇੱਥੇ ਹੋਇਆ ਕੀ ਹੈ ਲੋਕਾਂ ਨੂੰ ਯਾਰ। ਮੈਂ ਚਾਰ ਬੰਦੇ ਇਕੱਠੇ ਕਰਦਾ ਪੁੱਛਦਾ ਵੀ ਆਹ ਕਿਉਂ ਕਰਿਆ, ਕੀ ਗੱਲ ਹੈ ਇਹ ਯਾਰ। ਕੋਈ ਪਤਾ ਨੀ, ਕੋਈ ਸਮਝ ਨੀ ਲੱਗਦੀ, ਡਾਕਟਰ ਤਾਂ ਜਵਾਬ ਦੇਈ ਜਾਂਦੇ, ਕੋਈ ਹੋਰ ਸਮਝਦੇ। 25 ਵਜੇ ਅੱਖਾਂ ਲੋਕ ਇੱਥੇ ਟੂਣੇ ਕੰਮ ਚ ਬੜੇ ਕਰਦੇ, ਪਤਾ ਨੀ ਕੁਛ ਇਹਦੇ ਕਰਕੇ ਸਾਡੇ ਟੂਣਾ ਕਰ ਗਿਆ ਸੀ ਕਈ ਦਿਨ ਹੋ ਗਏ ਇੱਥੇ, ਦਸ ਬਾਰਾਂ ਦਿਨਾਂ ਦੀ ਗੱਲ ਆ ਕੋਈ ਟੂਣਾ ਕਰ ਗਿਆ। ਚਾਰ ਕੁੱਟਾ ਪਾਣੀ ਡੇਲੀ ਪੈਦਾ ਕਰੋ, ਆਹ ਲੈ ਭਗਤਾ ਦੇ ਦੇਣ। ਜੈ ਬਾਬੇ ਦੀ। ਬਾਬਾ ਕਹਿੰਦਾ ਰਿਸ਼ਤੇ ਵਾਲੇ ਖੜੇ ਹੋਏ ਜਿਹਨੂੰ ਰਿਸ਼ਤਾ ਨੀ ਹੁੰਦਾ। ਜੈ ਬਾਬੇ ਦੀ। ਹਾਰ ਆਉਂਦਾ ਸਿਰ ਤੇ, 3 ਸਾਲ ਹੋ ਗਏ ਰਿਸ਼ਤਾ ਨੀ ਹੁੰਦਾ, ਨਾ ਕੋਈ ਕੰਮ ਕਾਰ ਹੁੰਦਾ, ਸਾਰੇ ਕੰਮ ਠੱਪ ਹੋਏ ਪਏ ਨਾ। ਤੂੰ ਮੈਨੂੰ ਐ ਦੱਸ ਟੂਣਾ ਕਿੱਥੋਂ ਚੱਕਿਆ ਸੀ? ਸੁੱਖ ਦੇਈ ਤੇ ਬਸ ਸਾਰਾ ਰਿਸ਼ਤਾ ਹੋ ਜੂ 5-7 ਦਿਨਾਂ ਦੇ ਵਿਚ ਤੇਰਾ। ਜੈ ਬਾਬੇ ਦੀ। ਜੈ ਬਾਬੇ ਦੀ। ਬਾਬਾ ਕਹਿੰਦਾ ਉਹ ਬੰਦਾ ਖੜਾ ਹੋ ਜਾਏ ਜਿਹੜਾ ਘਰੋਂ ਕਿਸੇ ਦੀ ਬਿਮਾਰੀ ਵਾਸਤੇ ਆਇਆ ਚੱਲ ਕੇ। ਜੈ ਬਾਬੇ ਦੀ। ਬਾਬਾ ਕਹਿੰਦਾ ਤੁਹਾਡਾ ਕੋਈ ਲੜਕਾ ਬਿਮਾਰ ਆ ਘਰੋਂ, ਤੁਹਾਡੇ ਟੂਣਾ ਵੀ ਹੋਇਆ, ਇੱਕ ਹੋਇਆ ਨਾ 10-12 ਦਿਨ ਹੋ ਗਏ, ਦਵਾਈਆਂ ਤੁਸੀਂ ਬਹੁਤ ਦੂਰੋਂ ਦੂਰੋਂ ਜਾ ਕੇ ਲੈ ਗਏ ਆ। ਹਾਂ ਪਰ ਬਾਬੇ ਕੋਲੇ ਅੱਜ ਆਏ ਆ। ਬਾਬਾ ਗੁਰੂ ਕਿਰਪਾ ਕੋਈ ਹੱਲ, ਭਗਤਾਂ ਸੇਵਾ ਦੱਸ ਬਾਬੇ ਜੀ ਨੂੰ। ਬੱਚਾ ਤੂੰ ਬਾਬਿਆਂ ਦੇ ਚਰਨ ਚ ਆ ਗਿਆ, ਤੈਨੂੰ ਰੁਪਿਆ 50,000 ਦੇ ਦੀ, ਤੇਰਾ ਬੱਚਾ ਟੱਲੀ ਵਰਗਾ ਹੋ ਜੂਗਾ, ਬਸ ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨੀ, ਲੁਧਿਆਣਾ ਤਿੱਕਰ ਤੂੰ ਜਾ ਆਇਆ ਆ, ਪਰ ਏਦੂ ਬਾਅਦ ਹੁਣ ਜਾਣ ਦੀ ਲੋੜ ਨੀ, ਬਾਬਿਆਂ ਦੀ ਸ਼ਰਨ ਚ ਆਇਆ, ਬਾਬੇ ਗੁਰਪ੍ਰਸ਼ਾਦ ਦੇਣਗੇ ਤੈਨੂੰ। ਜੈ ਬਾਬੇ ਦੀ। ਜੈ ਬਾਬੇ ਦੀ। ਜੈ ਬਾਬੇ ਦੀ। ਕਿਧਰੇ ਲੋਕਾਂ
ਚੰਗੀ ਤਰ੍ਹਾਂ ਪਤਾ ਓਹਦਾ ਯਾਰ। ਚੱਲ ਤਾਂ ਤੇਰੀ ਮਰਜ਼ੀ ਆ ਯਾਰ, ਬਾਕੀ ਜਾਣਾ ਤਾਂ ਬਾਕੀ ਤੈਨੂੰ ਕਹਿੰਦੇ ਉਹ ਠੱਗ ਬੰਦਾ, ਓਹਦੇ ਕੋਲੇ ਜਾਇਦਾ ਫਾਇਦਾ ਕੋਈ ਨੀ ਗਾ। ਚੱਲ ਯਾਰ ਕੋਈ ਨੀ, ਫਿਰ ਤਾਂ ਇਹਨੂੰ ਜਾਇਆ ਹੁੰਦੇ ਚੱਲ ਯਾਰ। ਚੰਗਾ ਚੱਲ, ਚੰਗਾ ਯਾਰ। ਭਗਤ ਦੇਖ ਕੀ ਕਹਿੰਦੇ ਆ, ਠੀਕ ਆ ਬਣਦੀ ਗੱਲ ਪੂਰਾ ਸੈੱਟ ਆ। ਮੈਂ ਤਾਂ ਆਪ ਨੂੰ ਭਾਲਦਾ, ਪਤਾ ਨੀ ਕਿੱਧਰ ਗਿਆ ਯਾਰ। ਤੂੰ ਮੇਰੇ ਨਾਲ 50,000 ਰੁਪਏ ਲੈ ਕੇ ਠੱਗੀ ਮਾਰ ਗਿਆ ਮੇਰੇ। ਅੱਛਾ ਯਾਰ, ਕਿਵੇਂ ਤਾ ਕੀ ਹੋ ਗਿਆ ਯਾਰ ਬਾਬਾ? ਬਾਬਾ ਯਾਰ ਤਾ ਜਿਹੜਾ ਤੈਨੂੰ ਦੱਸਿਆ ਸੀਗਾ ਉਹਦੇ, ਉਹਦਾ ਠੱਗ ਸੀ ਸਿਰੇ ਦਾ। ਤੂੰ ਇੱਥੇ ਫਿਰਦਾ ਗਾ ਭਾਲਦਾ ਉਹਨੂੰ, ਉਹਦਾ ਰਾਤੇ ਰਾਤ ਹੀ ਸਾਰੇ ਪੈਸੇ ਪੂਸੇ ਲੈ ਕੇ ਚਿੱਤਰ ਹੋ ਗਿਆ। ਹੋਰ ਟਿਕਾਣਾ ਬਣਾ ਲਿਆ, ਹੋਰ ਵੀ ਇੱਥੇ ਲੋਕ ਬਹੁਤ ਸੀ ਸਾਰੇ, ਉਹ ਹੋਰ ਹਾਰ ਸਾਰੇ ਦਾ ਸਾਰਾ ਕੋਲ ਲੈ ਕੇ ਲੱਗਿਆ। ਮੰਨੇ ਤੇਰਾ ਕੀ ਲੈ ਗਿਆ ਬਾਬਾ? ਮੇਰਾ ਤਾਂ ਯਾਰ 2-4 ਬੋਤਲਾਂ ਤੇ 1 ਕੁਕੜੀ ਸੀ। ਆਹੀ ਹੋਣੀ ਚਾਹੀਦੀ ਸੀ ਤੇਰੇ ਨਾਲ ਦਾ ਕਰਾ ਲਿਆ ਵਿਆਹ ਹੋਣ ਲੱਗਾ। ਤੈਨੂੰ ਪਹਿਲੇ ਹੀ ਕਿਹਾ ਸੀਗਾ, ਤੈਨੂੰ ਇਹ ਸਮਝਾਇਆ ਸੀ ਭਰਾਵਾ ਨਾ ਜਾ ਉਹਦੇ ਕੋਲੇ। ਉਹ ਤਾਂ ਤੂੰ ਤਾਂ ਸੈਣਾ ਮੈਣਾ ਬੰਦਾ ਸੀਗਾ ਯਾਰ, ਤੂੰ ਵੀ ਬਾਬਾ ਚੱਕਰਾਂ 'ਚ ਪੈ ਗਿਆ। ਤੈਨੂੰ ਉਹਦੇ ਸਮਝਾਇਆ ਵੀ ਸੀ, ਤੂੰ ਫੇਰ ਨੀ ਯਾਰ ਗੱਲ ਸਾਡੀ ਮੰਨੀ ਗਈ। ਫਿਰ ਵੀ ਜਦੋਂ ਤੁਹਾਨੂੰ ਸਮਝਾਈ ਜਾਂਦੇ ਸੀਗੇ, ਬਾਕੀ ਪਹਿਲਾਂ ਪਤਾ ਕਰੋ। ਇੰਨੇ ਪੈਸੇ ਦੇਣ ਤੋਂ ਪਹਿਲਾਂ ਤੂੰ 50,000 ਰੁਪਇਆ ਦਿੱਤਾ, ਤੂੰ ਪਤਾ ਕੀਤਾ ਵੀ ਬਾਬਾ ਕਿਵੇਂ ਆ ਕੀ ਨਹੀਂ? ਪਹਿਲਾਂ ਤੂੰ ਉਹਨੂੰ ਸਿੱਧੇ ਪੈਸੇ ਦੇ ਤੇ, ਐ ਤਾਂ ਆਪਾਂ ਨੂੰ ਕੱਲ ਨੂੰ ਹੋਰ ਬੰਦੇ ਵੀ ਆਪਣੇ ਠੱਗੀ ਮਾਰਨਗੇ। ਚੱਲ ਹੁਣ ਤਾਂ ਜੋ ਹੋ ਗਿਆ ਯਾਰ, ਪੈਸੇ ਤਾਂ ਹੁਣ ਵਾਪਸ ਆਉਂਦੇ ਨੀ ਗੇ, ਠੀਕ ਆ? ਤੇ ਗਾਂ ਨੂੰ ਆਪਦਾ ਨਿਗਾਹ ਰੱਖਿਆ ਕਰੋ ਵੀ ਇਹ ਠੱਗ ਬੰਦੇ ਦੇ ਚੱਕਰ ਚ ਨਾ ਪਾਓ। ਫਰੈਂਡਸ, ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਸਾਡਾ ਕਿਸੇ ਵੀ ਜਾਤੀ ਜਾਂ ਬੰਦੇ ਨੂੰ ਜਾਂ ਧਰਮ ਨੂੰ ਟਾਰਗੇਟ ਕਰਨਾ ਨਹੀਂ ਆ, ਇਹ ਸਿਰਫ ਐਂਟਰਟੇਨਮੈਂਟ ਲਈ ਆ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਆ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ, ਲਾਈਕ ਤੇ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਇੰਸਟਾਗ੍ਰਾਮ ਦੇ ਲਿੰਕ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ, ਉੱਥੇ ਜਾ ਕੇ ਸਾਨੂੰ ਫੋਲੋ ਕਰ ਸਕਦੇ। ਥੈਂਕ ਯੂ ਸੋ ਮਚ।